ਹਾਂਜੀ ਕਿਦਾਂ ਜੀ ਸਾਰੇ ਪਿਆਰ ਨਾਲ ਸਤਿ ਸ੍ਰੀ ਅਕਾਲ ਮੌਮੀ ਦਿਨ ਸਾਰਿਆਂ ਨੇ ਵਧੀਆ ਹੋਵੋਗੇ ਅਤੇ ਵੈਲਕਮ ਬੈਕ ਗਾਈਸ ਅਵਰ ਨਿਊ ਵੀਡੀਓ ਅਤੇ ਅੱਜ ਦੀ ਜਿਹੜੀ ਵੀਡੀਓ ਆ ਉਹ ਆ ਕਿ ਬੈਸਟ ਪਾਰਟ ਟਾਈਮ ਜੋਬ ਯੂਕੇ ਦੇ ਵਿੱਚ ਜਿਹੜੀ ਆਪਾਂ ਐਜ਼ ਏ ਸਟੂਡੈਂਟ ਕਰ ਸਕਦੇ ਅਤੇ ਬਰਾਬਰ 11-12-15 ਪਾਉਂਡ ਕਮਾ ਸਕਦੇ ਆ 10 ਤੋਂ ਵੀ ਕਮਾ ਸਕਦੇ ਹਾਂ ਮਤਲਬ ਮਿਨੀਮਮ ਵੇਜ ਜਿਹੜੀ ਹੈਗੀ ਆ ਇੱਕ ਤਾਂ ਅਪ੍ਰੈਲ ਹੈਗੀ ਆ ਅਪ੍ਰੈਲ ਦੇ ਵਿੱਚ ਮਿਨੀਮਮ ਵੇਜ ਅੱਪ ਹੋਣੀ ਸੀ ਜਿੱਦਾਂ ਕਿ ਮੈਂ ਲਾਸਟ ਵਲੌਗ ਬਣਾਇਆ ਸੀ ਉਹਦੇ ਵਿੱਚ ਦੱਸਿਆ ਮਿਨੀਮਮ ਵੇਜ ਅੱਪ ਹੋ ਗਈ ਆ ਲਾਸਟ ਟਾਈਮ ਜਿਹੜੀ ਪਹਿਲਾਂ ਸੀਗੀ ਉਹ ਸੀ 891 ਮਿਨੀਮਮ ਵੇਜ ਅਤੇ ਹੁਣ ਤੋਂ ਜਿਹੜੀ ਮਿਨੀਮਮ ਵੇਜ ਹੋ ਗਈ ਆ ਉਹ ਹੈ 9.50 ਪਰ ਆਵਰ ਅਤੇ ਵੇਜ ਤੋਂ ਹੁਣ ਆਪਾਂ 9.50 ਪਰ ਆਵਰ ਕਮਾ ਸਕਦੇ ਹਾਂ ਜਿਹੜੇ ਸਟੂਡੈਂਟ ਬੈਚਲਰ ਕਰ ਰਹੇ ਆ ਜਾਂ ਮਾਸਟਰਸ ਕਰ ਰਹੇ ਆ ਜਿੱਦਾਂ ਉਹਨਾਂ ਨੂੰ ਹਾਲੇ ਸਟੂਡੈਂਟ ਦੇ ਵਿੱਚ ਵੀਜ਼ੇ ਦੇ ਵਿੱਚ ਸਿਰਫ 80 ਘੰਟੇ ਅਲਾਊਡ ਹੁੰਦੇ 80 ਆਵਰਸ ਅਲਾਊਡ ਹੁੰਦੇ ਆ ਅਤੇ ਉਹਦੇ ਵਿੱਚ ਆਪਾਂ ਮਿਨੀਮਮ ਕੰਮ ਹੀ ਕਰ ਸਕਦੇ 80 ਆਵਰਸ ਹੀ ਕਰ ਸਕਦੇ ਉਸ ਤੋਂ ਵੱਧ ਨਹੀਂ ਕਰ ਸਕਦੇ ਜਿਹੜੇ ਕਿ ਮਤਲਬ ਲਾਈਕ ਬਿਲਕੁਲ ਮਿਨੀਮਮ ਵੇਜ 'ਤੇ ਰੇਟ 'ਤੇ ਕੰਮ ਕਰਦੇ ਆ ਜਿੱਦਾਂ 9.50 ਪਰ ਆਵਰ 'ਤੇ ਉਸ ਤੋਂ ਅੱਪ ਵਾਲੀਆਂ ਜੋਬਸ ਤੁਹਾਨੂੰ ਦੱਸਾਂਗਾ ਸਭ ਤੋਂ ਪਹਿਲੀ ਜੋਬ ਤਾਂ ਆ ਜਾਂਦੀ ਆ ਆਪਣੀ ਸਿਕਿਉਰਟੀ ਗਾਰਡ ਸਿਕਿਉਰਟੀ ਗਾਰਡ ਦੀ ਜੋਬ ਜਿਹੜੀ ਆ ਉਹ ਤੁਸੀਂ ਇੰਡੀਆ ਤੋਂ ਆਉਣ ਲੱਗੇ ਇੱਕ ਪੁਲਿਸ ਕਲੀਅਰੈਂਸ ਸਰਟੀਫਿਕੇਟ ਹੁੰਦਾ ਆ ਉਹ ਤੁਸੀਂ ਬਣਵਾ ਕੇ ਲੈ ਕੇ ਆਉਣਾ ਉਹ ਬਣਵਾ ਕੇ ਲੈ ਕੇ ਆਉਣ ਨਾਲ ਫਿਰ ਤੁਸੀਂ ਇੱਥੇ ਆਪਣਾ ਸਿਕਿਉਰਟੀ ਗਾਰਡ ਦਾ ਕਿਸੇ ਵੀ ਪ੍ਰਾਈਵੇਟ ਕੰਪਨੀ ਤੋਂ ਅਪਲਾਈ ਕਰਨਾ ਅਤੇ ਉਹਦੇ ਵਿੱਚ ਤੁਸੀਂ ਟ੍ਰੇਨਿੰਗ ਲੈ ਕੇ ਆਪਣੀ ਅਤੇ ਤੁਹਾਡਾ ਫਿਰ ਲਾਈਸੈਂਸ ਇਸ਼ੂ ਹੁੰਦਾ ਉਸ ਤੋਂ ਬਾਅਦ ਤੁਸੀਂ ਆਪਣੀ ਜੋਬ ਸਟਾਰਟ ਕਰ ਸਕਦੇ ਹਾਂ ਸਿਕਿਉਰਟੀ ਗਾਰਡ ਦੀ ਸਿਕਿਉਰਟੀ ਗਾਰਡ ਦੀ ਜੋਬ ਸਟਾਰਟ ਕਰ ਸਕਦੇ ਹਾਂ ਉਸ ਤੋਂ ਬਾਅਦ ਦੂਜੇ ਨੰਬਰ 'ਤੇ ਆਉਂਦੀ ਆ ਆਪਣੀ ਡਿਲੀਵਰੀ ਦੀ ਜੋਬ ਲਾਈਕ ਮੈਕਡੋਨਲਡ ਡਿਲੀਵਰੀ ਬੋਆਏ ਲੱਗ ਜਾਓ ਕਿੱਥੇ ਵੀ ਡਿਲੀਵਰੀ ਬੋਆਏ ਲੱਗ ਜਾਓ ਇੱਥੇ ਲਾਈਕ ਡਿਲੀਵਰੋ ਜਸਟੀਡ ਵਗੈਰਾ ਇੱਦਾਂ ਚੱਲਦੇ ਆ ਜੇ ਕਿਸੇ ਆਪਾਂ ਰੈਸਟੋਰੈਂਟ 'ਚ ਲੱਗ ਜਾਈਏ ਜਾਂ ਕਿਸੇ ਵੀ ਫੂਡ ਡਿਪਾਰਟਮੈਂਟ ਦੇ ਡਿਲੀਵਰੀ ਡਰਾਈਵਰ ਲੱਗ ਜਾਈਏ ਬਟ ਆਪਣੇ ਤੋਂ ਲਾਈਸੈਂਸ ਹੋਣਾ ਚਾਹੀਦਾ ਜੇ ਨਹੀਂ ਲਾਈਸੈਂਸ ਹੈਗਾ ਤਾਂ ਪ੍ਰਾਈਵੇਟ ਕੰਪਨੀ ਜਿੱਦਾਂ ਡਿਲੀਵਰੀਜ਼ ਹੁੰਦੀ ਜਿੱਦਾਂ ਆਪਣੇ ਇੰਡੀਆ ਜ਼ੋਮੈਟੋ ਵਗੈਰਾ ਚੱਲਦਾ ਉੱਦਾਂ ਵੀ ਇੱਥੇ ਹੈਗੀਆਂ ਆ ਅਤੇ ਤੁਸੀਂ ਸਾਈਕਲ 'ਤੇ ਵੀ ਡਿਲੀਵਰੀ ਕਰ ਸਕਦੇ ਆ ਉਹਦੇ ਵੀ ਘੰਟੇ ਦੇ ਵਧੀਆ ਪੈਸੇ ਮਿਲ ਜਾਂਦੇ ਆ ਮੇਰਾ ਫਰੈਂਡ ਇੱਕ ਕਰਦਾ ਸੀਗਾ ਜਸਟੀਡ ਲੰਡਨ ਦੇ ਵਿੱਚ ਅਤੇ ਉਹਨੂੰ ਮਿਲਦੇ ਸੀਗੇ ਕ੍ਰਿਸਮਿਸ ਦੇ ਟਾਈਮ ਦੇ ਵਿੱਚ 15 ਪਾਉਂਡ ਪਰ ਆਵਰ ਸਾਈਕਲ 'ਤੇ ਡਿਲੀਵਰੀ ਕਰਨ ਦੇ ਅਤੇ ਉਹਨੇ ਮੈਨੂੰ ਵੀ ਕਿਹਾ ਸੀਗਾ ਕਿ ਜੁਆਇਨ ਕਰ ਲਾ ਬਟ ਮੇਰੀ ਬੈਗ ਦੀ ਪ੍ਰੋਬਲਮ ਕਰਕੇ ਮੈਂ ਕਰ ਨਹੀਂ ਸਕਦਾ ਸੀ ਸਾਈਕਲ 'ਤੇ ਡਿਲੀਵਰੀ ਜੋਬਸ ਨਹੀਂ ਆ ਅਤੇ ਬਟ ਹਾਂ ਵਧੀਆ ਓਪਰਚੁਨਿਟੀ ਇੱਕ ਜੇ ਆਪਾਂ ਐਜ਼ ਏ ਡਿਲੀਵਰੀ ਬੋਆਏ ਕਰਨਾ ਆਪਣੇ ਤੋਂ ਲਾਈਸੈਂਸ ਨਹੀਂ ਹੈਗਾ ਜੇ ਲਾਈਸੈਂਸ ਹੈਗਾ ਲਾਈਸੈਂਸ ਦੀ ਇੱਥੇ ਵੈਲਿਊ ਬਹੁਤ ਆ ਇੰਡੀਆ ਤੋਂ ਆਉਣ ਲੱਗੇ ਆਪਣਾ ਕਾਰ ਜ਼ਰੂਰ ਸਿੱਖ ਕੇ ਆਓ ਕਿਉਂਕਿ ਜੇ ਤੁਸੀਂ ਇੱਥੇ ਆ ਕੇ ਬਿਲਕੁਲ ਹੀ ਤੁਹਾਨੂੰ ਕਾਰ ਚਲਾਉਣੀ ਨਹੀਂ ਆਉਂਦੀ ਆ ਅਤੇ ਤੁਸੀਂ ਇੱਥੇ ਆ ਕੇ ਲੈਸਨ ਵਗੈਰਾ ਲੈਂਦੇ ਆ ਕਾਰ ਵਗੈਰਾ ਸਿੱਖਦੇ ਆ ਇੱਥੇ ਇੱਕ ਘੰਟੇ ਦੇ 25-25-30 ਪਾਉਂਡ 25-30 ਪਾਉਂਡ ਲੈਂਦੇ ਆ ਕਾਰ ਸਿਖਾਉਂਦੇ ਜਿਹੜੀ ਕਿ ਬਹੁਤ ਐਕਸਪੈਂਸਿਵ ਹੋ ਜਾਂਦੀ 1000-2000 ਪਾਉਂਡ ਦੇ ਕੋਲ ਆਪਣਾ ਐਕਸਪੈਂਸ ਚੱਲ ਜਾਂਦਾ ਇਹਨੂੰ ਲੈ ਕੇ ਅਤੇ ਇਹਦੇ ਨਾਲੋਂ ਵਧੀਆ ਆਪਾਂ ਇੰਡੀਆ ਤੋਂ ਹੀ ਆਪਣੀ ਕਾਰ ਵਗੈਰਾ ਸਿੱਖ ਕੇ ਅਤੇ ਇੱਥੇ ਆ ਕੇ ਲਾਈਸੈਂਸ ਦੀ ਤਿਆਰੀ ਕਰੀਏ ਬਾਕੀ ਅਤੇ ਹੋਰ ਤੀਸਰੀ ਜੋਬ ਹੈਗੀ ਆ ਥਰਡ ਜੋਬ ਜਿਹੜੀ ਹੈਗੀ ਉਹ ਹੈਗੀ ਫੂਡ ਇੰਡਸਟਰੀ ਦੇ ਵਿੱਚ ਕਿਸੇ ਵੀ ਸ਼ੈੱਫ ਦੀ ਜਾਂ ਆਪਣਾ ਕਿਸੇ ਵੀ ਆਪਾਂ ਚਾਹੇ KFC 'ਚ ਹੀ ਲੱਗ ਜਾਓ ਜਿੱਥੇ ਵੀ ਲੱਗ ਜਾਓ ਬਟ ਕਰਨੇ ਉਹ ਨਾਈਟ ਜੋਬਸ ਕਰੋ ਨਾਈਟ ਜੋਬ ਦੇ ਵਿੱਚ ਤੁਹਾਨੂੰ ਪੈਸੇ ਵਧੀਆ ਮਿਲਣਗੇ ਜਿੱਥੇ ਵੀ ਤੁਸੀਂ ਚਾਹੇ ਜੋਬ ਤੁਸੀਂ ਕੋਈ ਵੀ ਕਰੋ ਇੱਥੇ ਆਉਣਾ ਤੁਸੀਂ ਨਾਈਟ ਸ਼ਿਫਟ ਕਰੋਗੇ ਤੁਹਾਨੂੰ ਜੇ ਦਿਨ ਦੇ ਵਿੱਚ ਤੁਹਾਨੂੰ ਜੇ ਇੱਦਾਂ ਦੀ ਕੋਈ ਵਧੀਆ ਜੋਬਸ ਹੈਗੀਆਂ ਆ ਉਹਦੇ ਵਿੱਚ ਜੇ ਤੁਹਾਨੂੰ ਡੇ ਦੇ ਵਿੱਚ ਤੁਹਾਨੂੰ 10 ਪਾਉਂਡ ਦੇ ਰਹੇ ਆ ਜਾਂ 9.50 ਦੇ ਰਹੇ ਆ 9.70 ਦੇ ਰਹੇ ਆ ਪਰ ਆਵਰ ਕੁਛ ਵੀ ਦੇ ਰਿਹਾ ਤੁਹਾਨੂੰ ਉਹਦੇ ਡਬਲ ਮਿਲਣਗੇ ਮੈਕਡੋਨਲਡ ਕਰੋ KFC ਕਰੋ ਨਾਈਟ ਜੋਬ ਕਰੋ ਚਾਹੇ ਕਿਸੇ ਰੈਸਟੋਰੈਂਟ 'ਚ ਕਰੋ ਫੂਡ ਲਾਈਨ 'ਚ ਕਰ ਲਓ ਜਿੱਦਾਂ ਕਿਸੇ ਵੀ ਰੈਸਟੋਰੈਂਟ ਵਗੈਰਾ 'ਚ ਲੱਗ ਜਾਓ ਐਜ਼ ਏ ਸ਼ੈੱਫ ਦੀ ਕਰ ਲਓ ਕੁਛ ਵੀ ਕਰ ਲਓ ਬਟ ਪੈਸੇ ਉਹਦੇ ਵਿੱਚ ਵਧੀਆ ਬਣ ਜਾਂਦੇ ਆਪਣੇ ਅਤੇ ਮਿਨੀਮਮ ਵੇਜ ਦੇ ਵਿੱਚ ਵੀ ਆਪਾਂ 80 ਆਵਰਸ ਦੇ ਵਿੱਚ ਵੀ ਪੈਸੇ ਵਧੀਆ ਬੰਦਾ ਕਮਾ ਲੈਂਦਾ ਆਪਣਾ ਮਾੜਾ ਮੋਟਾ ਖਰਚਾ ਚੱਲ ਪੈਂਦਾ ਥੋੜ੍ਹੀ ਬਹੁਤੀ ਸੇਵਿੰਗਸ ਹੋ ਜਾਂਦੀ ਆ ਜੇ ਬੰਦੇ ਨੇ ਆਪਣੇ ਹੱਥ ਕਰਨੀ ਹੋਵੇ ਬਟ 80 ਆਵਰ ਦੇ ਵਿੱਚ ਇੰਨਾ ਹੁੰਦਾ ਨਹੀਂ ਆ ਠੀਕ ਆ ਅਤੇ ਫੋਰਥ ਜੋਬ ਹੈਗੀ ਕੇਅਰ ਹੋਮ ਜਿਹੜੀ ਆ ਕੇਅਰ ਹੋਮ ਦੀ ਬਹੁਤ ਇੱਥੇ ਜੋਬਸ ਆ ਕੇਅਰ ਹੋਮ ਦੀ ਜੋਬਸ ਬਹੁਤ ਮਿਲਦੀਆਂ ਇੱਥੇ ਬੰਦਾ ਕੇਅਰ ਹੋਮ 'ਚ ਜੋਬ ਕਰਨ ਵਾਲਾ ਹੋਣਾ ਚਾਹੀਦਾ ਹਾਂ ਥੋੜ੍ਹੀ ਡਿਫੀਕਲਟ ਹੁੰਦੀ ਆ ਬਾਕੀ ਬੰਦੇ ਦੀ ਆਪਣੀ ਮਰਜ਼ੀ ਹੁੰਦੀ ਬਟ ਕੇਅਰ ਹੋਮ ਦੇ ਵਿੱਚ ਜੇ ਜੋਬ ਤੁਸੀਂ ਕਰਦੇ ਹੋ ਲੌਂਗ ਟਾਈਮ ਜੋਬ ਕਰਦੇ ਹੋ ਉਹਨਾਂ ਕੋਲ ਅਤੇ ਤੁਹਾਨੂੰ ਸਪੋਂਸਰਸ਼ਿਪ ਵੀ ਮਿਲ ਸਕਦੀ ਆ ਕਿਉਂਕਿ ਕੇਅਰ ਹੋਮ ਦੇ ਵਿੱਚ ਸਪੋਂਸਰਸ਼ਿਪ ਦੇ ਦਿੰਦੇ ਆ
ਕੇਅਰ ਹੋਮ ਦੀ ਜੋਬਸ ਨਾਲੇ ਜਿਹੜੀਆਂ ਹੈਗੀਆਂ ਉਹ ਤੁਸੀਂ ਜੇ ਡਾਇਰੈਕਟ ਕੇਅਰ ਹੋਮ ਦੀ ਕੰਪਨੀ 'ਚੋਂ ਕਰੋਗੇ ਅਤੇ ਉਹ ਤੁਹਾਨੂੰ ਦੇਣਗੇ ਲਾਈਕ ਸਟਾਰਟਿੰਗ ਜੇ ਦੇਣਗੇ 10 ਪਾਊਂਡ ਜਾਂ 950 ਹੀ ਦੇਣਗੇ ਮਿਨੀਮਮ ਦੇਣਗੇ ਜਾਂ 10 ਪਾਊਂਡ ਪਰ ਆਵਰ ਦੇਣਗੇ ਬਟ ਜੇ ਤੁਸੀਂ ਕਿਸੇ ਏਜੰਸੀ ਥਰੂ ਲਾਈਕ ਪਹਿਲਾਂ ਕਿਸੇ ਇੱਕ ਏਜੰਸੀ 'ਚੋਂ ਰਜਿਸਟਰ ਹੋਵੋ ਫਿਰ ਉਸਦੀ ਜਗ੍ਹਾ 'ਤੇ ਜਾ ਕੇ ਆਪਣਾ ਰਜਿਸਟਰ ਹੋਣ ਤੋਂ ਬਾਅਦ ਤੁਸੀਂ ਉਹਨਾਂ ਨਾਲ ਜਾਓ ਫਿਰ ਉਹ ਤੁਹਾਨੂੰ ਜਿੱਥੇ ਜਿੱਥੇ ਅੱਗੇ ਕੰਪਨੀ ਨੂੰ ਬੰਦੇ ਚਾਹੀਦੇ ਹੁੰਦੇ ਫਿਰ ਏਜੰਸੀ ਵਾਲੇ ਤੁਹਾਨੂੰ ਕਾਲ ਕਰਕੇ ਤੁਹਾਨੂੰ ਉਹ ਜਗ੍ਹਾ 'ਤੇ ਭੇਜਦੇ ਆ ਕਿ ਹਾਂ ਤੁਸੀਂ ਉੱਥੇ ਜਾ ਕੇ ਤੁਹਾਡੀ ਜੋਬ ਆ ਤੁਹਾਡੀ ਕੇਅਰ ਹੋਮ ਦੀ ਤੁਸੀਂ ਉੱਥੇ ਜਾ ਕੇ ਕਰਨੀ ਆ ਅਤੇ ਉਹਦੇ ਤੁਹਾਨੂੰ ਪੈਸੇ ਮਿਲਦੇ ਡਬਲ ਉਹ 'ਚ ਤੁਹਾਨੂੰ ਮਿਲਦੇ 14 ਪਾਊਂਡ 15 ਪਾਊਂਡ 13 ਪਾਊਂਡ 12 ਪਾਊਂਡ ਪਰ ਆਵਰ ਇਹ ਵੀ ਮੇਰੇ ਫਰੈਂਡ ਕਰਦੀ ਇੱਕ ਉਹਨੇ ਮੈਨੂੰ ਦੱਸਿਆ ਆ ਅਤੇ ਵਧੀਆ ਜੋਬ ਇਹ ਕੇਅਰ ਹੋਮ ਦੀ ਵੀ ਬਟ ਬਾਕੀ ਆਪਣੀ ਆਪਣੀ ਚੋਇਸ ਹੁੰਦੀ ਆ ਤੁਸੀਂ ਕਰਨੀ ਆ ਨਹੀਂ ਕਿ ਨਹੀਂ ਬਟ ਜੇ ਐਜ਼ ਏ ਸਟੂਡੈਂਟਸ ਵਧੀਆ ਜਿਹੜੀਆਂ ਜੋਬਸ ਹੈਗੀਆਂ ਥੋੜ੍ਹੇ ਬਹੁਤੇ ਪੈਸੇ ਬਣ ਜਾਂਦੇ ਵਧੀਆ ਪਰ ਆਵਰ ਦੇ ਜਿਹੜੇ 14 ਪਾਊਂਡ 15 ਪਾਊਂਡ ਮਿਲ ਜਾਂਦੇ ਉਹ ਇਹ ਵਾਲੀ ਜੋਬਸ ਆ ਇੱਕ ਚੀਜ਼ ਹੋਰ ਆ ਇੱਕ ਹੁੰਦੇ ਇਲੈਕਟ੍ਰੀਸ਼ੀਅਨ ਹੋ ਗਏ ਪਲੰਬਿੰਗ ਦਾ ਹੋ ਗਿਆ ਇੱਦਾਂ ਦੀ ਜਿਹੜੀਆਂ ਜੋਬਸ ਹੁੰਦੀਆਂ ਨਾ ਇਹਦੇ ਜੇ ਬੰਦਾ ਇੰਡੀਆ ਤੋਂ ਸਕਿੱਲ ਸਿੱਖ ਕੇ ਆਵੇ ਹੈ ਨਾ ਬਹੁਤ ਫਾਇਦਾ ਹੁੰਦਾ ਕਿਉਂਕਿ ਇੱਥੇ ਇਹ ਚੀਜ਼ ਦੀ ਮਾਰਕੀਟ ਦੀ ਵੈਲਿਊ ਬਹੁਤ ਆ ਮੁੰਡੇ ਜਿੱਦਾਂ ਆਪਣੇ ਪੰਜਾਬੀ ਮੁੰਡੇ ਪੰਜਾਬ ਤੋਂ ਆਉਂਦੇ ਕਾਫੀ ਜਗ੍ਹਾ ਤੋਂ ਹੋਰ ਮੁੰਡੇ ਵੀ ਆਉਂਦੇ ਆ ਕੰਮ ਕਰਦੇ ਬਿਲਡਰਾਂ ਦੇ ਨਾਲ ਕੰਮ ਕਰਦੇ ਉੱਥੇ ਵੀ ਕਰਦੇ ਤੁਹਾਨੂੰ ਕੋਈ ਸਕਿੱਲ ਹੋਊਗੀ ਹੈ ਨਾ ਤੁਹਾਨੂੰ ਵਧੀਆ ਪੈਸੇ ਮਿਲ ਜਾਂਦੇ ਬਟ ਹਾਂ ਚਲੋ ਆਪਾਂ ਨਹੀਂ ਉੱਦਾਂ ਕਰ ਸਕਦੇ ਹਾਂਜੀ ਲਾਸਟ ਜੋਬ ਜਿਹੜੀ ਇੱਕ ਮੈਂ ਤੁਹਾਨੂੰ ਹੋਰ ਦੱਸਣੀ ਆ ਉਹ ਆਪਣੀ ਹੈਗੀ ਬਾਰਬਰ ਦੀ ਠੀਕ ਆ ਕਟਿੰਗ ਦੀ ਜੋਬ 'ਚ ਇੰਨੇ ਪੈਸੇ ਆ ਨਾ ਇੰਨੇ ਪੈਸੇ ਆ ਜੇ ਤੁਸੀਂ ਇੰਡੀਆ ਤੋਂ ਕੰਮ ਸਿੱਖਿਆ ਹੋਊਗਾ ਨਾ ਇੱਥੇ ਆ ਕੇ ਤੁਸੀਂ ਜਿਸ ਦਾ ਕੰਮ 'ਤੇ ਲੱਗਦੇ ਆ ਨਾ ਇੱਥੇ ਬਾਰਬਰ ਦੀ ਸ਼ੋਪ 'ਤੇ ਹਿਸਾਬ ਹੁੰਦਾ ਜਾਂ ਤਾਂ ਤੁਸੀਂ ਆਪਣਾ ਕੰਮ ਕਰਨਾ ਤੁਸੀਂ ਅੱਧੇ ਪੈਸੇ ਉਹਨੂੰ ਬਾਰਬਰ ਵਾਲੇ ਨੂੰ ਜਿਹਦੀ ਸ਼ੋਪ 'ਤੇ ਤੁਸੀਂ ਕੰਮ ਕਰਦੇ ਉਹਨੂੰ ਪੇ ਕਰਨੇ ਜਾਂ ਅੱਧੋ ਅੱਧ ਉਹ ਤੁਹਾਡਾ ਜੋ ਵੀ ਮੁੰਡਾ ਬਟ ਜੋ ਵੀ ਹਿਸਾਬ ਕਿਤਾਬ ਹੁੰਦਾ ਉਹਦੇ ਵਿੱਚ ਪੈਸੇ ਬਹੁਤ ਵਧੀਆ ਬਣਦੇ ਆ ਲਾਈਕ ਜੇ ਤੁਸੀਂ ਇੱਕ ਕਟਿੰਗ ਵੀ ਕਰਦੇ ਹੋ ਬੰਦੇ ਦੀ ਇੱਥੇ ਨੋਰਮਲ ਬੇਅਰਡ ਐਂਡ ਕਟਿੰਗ ਦੀ 20-25 ਪਾਊਂਡ ਲੈ ਲੈਂਦੇ ਆ ਜੇ ਸਿਰਫ ਇਕੱਲੀ ਹਾਲੇ ਬੇਅਰਡ ਕਟਵਾਉਣੀ ਹੋਵੇ ਟ੍ਰਿਮ ਕਰਵਾਉਣੀ ਹੋਵੇ ਅਤੇ ਵਾਲ ਟ੍ਰਿਮ ਕਰਾਉਣੇ ਹੋਣ 20-25 ਪਾਊਂਡ ਦੇ ਉਹਦੇ ਹੀ ਆ ਕਟਿੰਗ 'ਚ ਪੈਸੇ ਬਹੁਤ ਆ ਅਤੇ ਜੇ ਕੋਈ ਬੰਦਾ ਕਟਿੰਗ ਕਰਨ ਦਾ ਸ਼ੌਕੀਨ ਆ ਇੰਡੀਆ ਤੋਂ ਜ਼ਰੂਰ ਕੰਮ ਸਿੱਖ ਕੇ ਆਵੇ ਇੱਥੇ ਕੰਮ ਸਿੱਖਣ ਦੀ ਨਹੀਂ ਕੋਈ ਲੋੜ ਹੈਗੀ ਜੇ ਤੁਸੀਂ ਇੰਡੀਆ ਫਰੀ ਹੋ ਤੁਹਾਨੂੰ ਹੈਗਾ ਕਿ ਬਾਹਰ ਆਉਣਾ ਮੈਂ ਵੀ ਬਹੁਤ ਟਾਈਮ ਵੇਸਟ ਕੀਤਾ ਆਪਣਾ ਮੈਨੂੰ ਵੀ ਪਹਿਲਾਂ ਬਹੁਤ ਕਹਿੰਦੇ ਹੁੰਦੇ ਸੀ ਮੈਂ ਨਹੀਂ ਗੱਲਾਂ ਕਿਸੇ ਦੀ ਮੰਨੀਆਂ ਉਦੋਂ ਕਹੀਦਾ ਸੀ ਚੱਲ ਛੱਡ ਬਟ ਹਾਂ ਇੱਕ ਗੱਲ ਸਹੀ ਆ ਜੇ ਤੁਹਾਨੂੰ ਕੋਈ ਬਾਹਰ ਬੰਦਾ ਬੈਠਾ ਕਹਿ ਰਿਹਾ ਕਿ ਹਾਂ ਇੰਡੀਆ ਤੋਂ ਹੀ ਸਕਿੱਲ ਸਿੱਖ ਆਓ ਇੰਡੀਆ ਤੋਂ ਸਕਿੱਲ ਸਿੱਖੀ ਹੋਊਗੀ ਨਾ ਤੁਹਾਨੂੰ ਬਹੁਤ ਬਹੁਤ ਬੈਨੀਫਿਟ ਹੁੰਦਾ ਉਹਦਾ ਤੁਹਾਨੂੰ ਇੱਥੇ ਪਹਿਲਾਂ ਕਿ ਟ੍ਰੇਨਿੰਗ ਨਹੀਂ ਕਰਨੀ ਪੈਂਦੀ ਫ੍ਰੀ 'ਚ ਟਾਈਮ ਨਹੀਂ ਦੇਣਾ ਪੈਂਦਾ ਤੁਸੀਂ ਕੰਮ ਸਿੱਖਿਆ ਹੋਊਗਾ ਤੁਹਾਨੂੰ ਸਿੱਧਾ ਪਹਿਲੇ ਦਿਨ 'ਚ ਕੰਮ ਦੇ ਕੇ ਤੁਹਾਡਾ ਤੁਹਾਨੂੰ ਜੋਬ 'ਤੇ ਰੱਖਣਗੇ ਫਿਕਸ ਕਰ ਲੈਣਗੇ ਤੁਹਾਨੂੰ ਆਪਣੇ ਬੈਨੀਫਿਟ ਬਹੁਤ ਹੋਣਗੇ ਤੁਹਾਨੂੰ ਪ੍ਰੋਬਲਮ ਨਹੀਂ ਆਉਣਗੀਆਂ ਜੇ ਕੰਮ ਬੰਦੇ ਨੂੰ ਸਿੱਖਿਆ ਹੋਵੇ ਇਸ ਤੋਂ ਵਧੀਆ ਕਿ ਬੰਦਾ ਇੰਡੀਆ ਤੋਂ ਹੀ ਕੋਈ ਨਾ ਕੋਈ ਕੰਮ ਸਿੱਖਿਆ ਹੋਵੇ ਜੇ ਬੰਦੇ ਦੀ ਕੋਈ ਸਕਿੱਲ ਆ ਕੋਈ ਵੀ ਸਕਿੱਲ ਕੰਮ ਸਿੱਖਿਆ ਹੋਵੇ ਇੰਡੀਆ ਤੋਂ ਇਹਦੇ 'ਤੇ ਵੀ ਆਪਾਂ ਇੱਕ ਅਲੱਗ ਵੀਡੀਓ ਬਣਾਵਾਂਗੇ ਸਕਿੱਲ ਵਰਕਸ ਦੇ ਰਿਗਾਰਡਿੰਗ ਕਿਹੜਾ ਕਿਹੜਾ ਕੰਮ ਸਕਿੱਲ ਆਪਾਂ ਨੂੰ ਸਿੱਖ ਆਉਣੀ ਚਾਹੀਦੀ ਇੰਡੀਆ ਤੋਂ ਉਹਦੀ ਮੈਂ ਅਲੱਗ ਵੀਡੀਓ ਬਣਾਵਾਂਗਾ ਅਤੇ ਅੱਜ ਦੀ ਜਿਹੜੀ ਇਹ ਵੀਡੀਓ ਸੀਗੀ ਇਹਨੂੰ ਇੱਥੇ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਜੇ ਵੀਡੀਓ ਵਧੀਆ ਲੱਗੀ ਆ ਅਤੇ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਅਤੇ ਇੱਦਾਂ ਹੀ ਬਣੇ ਰਹੋ ਵੱਧ ਤੋਂ ਵੱਧ ਸਪੋਰਟ ਕਰੋ ਥੈਂਕ ਯੂ ਜੇ ਕੁਛ ਹੋਰ ਪੁੱਛਣਾ ਹੋਵੇ ਮੇਰੀ ਇੰਸਟਾ ਆਈ ਡੀ ਵਿੱਚ ਯੂਟਿਊਬ ਦੇ ਡਿਸਕ੍ਰਿਪਸ਼ਨ ਵਿੱਚ ਐਡ ਆ ਇੰਸਟਾ 'ਤੇ DM ਕਰ ਦਿਓ ਨਹੀਂ ਤਾਂ ਯੂਟਿਊਬ ਦੀ ਵੀਡੀਓ ਇਸ ਵੀਡੀਓ ਦੇ ਵਿੱਚ ਥੱਲੇ ਮੈਸੇਜ ਕਰ ਦਿਓ ਮੈਂ ਤੁਹਾਨੂੰ ਇੰਸਟਾ ਦੀ ਆਈ ਡੀ ਦੇ ਦੂੰਗਾ ਉੱਤੇ ਤੁਸੀਂ ਮੈਨੂੰ DM ਕਰ ਦਿਓ ਆਪਾਂ ਡਾਇਰੈਕਟ ਉੱਤੇ ਗੱਲ ਕਰ ਲਾਂਗੇ ਚਾਹੇ ਕਾਲ ਕਰ ਲਈ ਕਾਲ ਕਰ ਲਿਓ ਓਕੇ ਮਿਲਦੇ ਹਾਂ ਅਗਲੀ ਕਿਸੇ ਹੋਰ ਵੀਡੀਓ ਦੇ ਵਿੱਚ 1 2 3 4